ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਮੱਖੂ ਦੇ ਨਾਲ ਲੱਗਦੇ ਪਿੰਡ ਜੋਗੇਵਾਲ ਦੀ ਬਸਤੀ ਸ਼ਾਮਵਾਲੀ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ ਜਿਸ ਵਿੱਚ ਇੱਕ ਪਰਿਵਾਰ ਦੇ ਇਸ ਦੇ ਨਾਲ ਇੱਕ ਪਰਿਵਾਰ ਦੇ 3 ਵਿਅਕਤੀ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋ ਗਏ ਅਤੇ ਜਿਨ੍ਹਾਂ ਵਿੱਚ ਇੱਕ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਉਸ ਵੱਲੋਂ ਠੇਕੇ ਉੱਪਰ ਜ਼ਮੀਨ ਲਈ ਗਈ ਸੀ ਜਿਸ ਵਿੱਚੋਂ ਉਹ ਵਾਹੀ ਕਰ ਰਿਹਾ ਸੀ ਅਤੇ ਕੁਝ ਦੂਰੀ ਉੱਪਰ ਰਹਿ ਰਹੇ ਵਿਅਕਤੀਆਂ ਵੱਲੋਂ ਆ ਕੇ ਉਹਨਾਂ ਉੱਪਰ ਤਾਵਾ ਬੋਲ ਦਿੱਤਾ ਗਿਆ। ਇਸ ਮੌਕੇ ਉਸਦੇ ਭਤੀਜੇ ਗੁਰਜੀਤ ਸਿੰਘ ਚਾਚਾ ਜਗਜੀਤ ਸਿੰਘ ਦੇ ਵੱਲੋਂ ਆਪਣੀ ਜਾਨ ਬਚਾ ਕੇ ਆਪਣੇ ਘਰ ਦੇ ਲਾਗੇ ਪੈਂਦੀ ਪੁਲਿਸ ਚੌਂਕੀ ਵਿੱਚ ਚਲੇ ਗਏ ਅਤੇ ਜਾ ਕੇ ਚੌਂਕੀ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਵੀ ਮੁਲਾਜ਼ਮ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਦੂਜੀ ਧਿਰ ਦੇ ਵਿਅਕਤੀ ਉਹਨਾਂ ਦੇ ਪਿੱਛੇ ਆ ਗਏ। ਉਹ ਆਪਣੇ ਘਰ ਵੱਲ ਵਾਪਸ ਆ ਰਹੇ ਸਨ ਤਾਂ ਪਿੱਛੋਂ ਦੂਜੀ ਧਿਰ ਦੇ ਵੱਲੋਂ ਫਾਇਰਿੰਗ ਕੀਤੀ ਗਈ। ਉਸ ਦੇ ਭਰਾ ਜਸਵੀਰ ਸਿੰਘ ਤੇ ਭਤੀਜੇ ਗੁਰਜੀਤ ਸਿੰਘ ਤੇ ਗੋਲੀਆਂ ਲੱਗੀਆਂ। ਗੁਰਜੀਤ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਦੀ ਮੌਤ ਹੋ ਗਈ ਜੋ ਆਪਣੇ ਪਿੱਛੇ ਪਰਿਵਾਰ ਵਿੱਚ ਬਾਪ ਪਤਨੀ ਅਤੇ 2.5 ਸਾਲ ਦੀ ਬੱਚੀ ਛੱਡ ਗਿਆ। ਇਸ ਮੌਕੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਪਿੰਡ ਜੋਗੇਵਾਲਾ ਬਸਤੀ ਸ਼ਾਮੇਵਾਲਾ ਦਾ ਹੈ। ਹਾਂ, ਅਸੀਂ ਠੇਕੇ ਉੱਤੇ ਪੈਲੀ ਪਿੰਡ ਸ਼ਾਮੇਵਾਲੀ ਬਸਤੀ ਦੇ ਵਿੱਚ ਲਈ ਸੀ ਜਿਸ ਦਾ ਕਿ ਪਹਿਲਾਂ ਥੋੜ੍ਹਾ ਚਿਰ ਰੌਲਾ ਚੱਲ ਰਿਹਾ ਸੀ ਅਤੇ ਬਾਅਦ ਵਿੱਚ ਉਹ ਪੰਚਾਇਤ ਨੇ ਫੈਸਲਾ ਕਰ ਦਿੱਤਾ ਸੀ ਅਤੇ ਮੈਂ ਅਤੇ ਮੇਰਾ ਬ੍ਰਦਰ ਉੱਥੇ ਖੇਤਾਂ ਵਿੱਚ ਕੰਮ ਕਰ ਰਹੇ ਸੀ। ਰਾਤ ਦਾ ਟਾਈਮ ਸੀਗਾ ਅਤੇ ਅਸੀਂ ਉੱਥੇ ਮੋਟਰ ਦੇ ਕੋਲ ਪਹੁੰਚੇ ਅਤੇ ਉੱਥੇ ਇਹਨਾਂ ਨੂੰ ਸਾਨੂੰ ਸਾਡੇ ਉੱਪਰ ਹਮਲਾ ਬੋਲ ਦਿੱਤਾ ਅਤੇ ਮੈਂ ਅਤੇ ਮੇਰਾ ਬ੍ਰਦਰ ਉੱਥੋਂ ਭੱਜ ਉੱਠੇ ਅਤੇ ਬਾਅਦ ਵਿੱਚ ਇਹਨਾਂ ਨੇ ਉੱਥੋਂ ਪਿੱਛੇ ਫਾਇਰਿੰਗ ਕੀਤੀ ਅਤੇ ਅਸੀਂ ਬਾਅਦ ਵਿੱਚ ਬਾਈਕ ਉੱਤੇ ਚੌਂਕੀ ਚਲੇ ਗਏ। ਉੱਥੇ ਕਾਫੀ ਟਾਈਮ ਗੇਟ ਦੇ ਬਾਹਰ ਦਰਵਾਜ਼ਾ ਖੜਕਾਉਂਦੇ ਰਹੇ, ਕਿਸੇ ਨੇ ਵੀ ਆ ਕੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਕੁਛ ਟਾਈਮ ਵੇਟ ਕਰਨ ਤੋਂ ਬਾਅਦ ਅਸੀਂ ਘਰ ਚਲੇ ਗਏ ਅਤੇ ਬਾਅਦ ਵਿੱਚ ਮੈਂ, ਮੇਰੇ ਫਾਦਰ ਸਾਹਿਬ ਅਤੇ ਮੇਰੇ ਤਾਇਆ ਜੀ ਅਸੀਂ ਇਕੱਠੇ ਘਰ ਦੇ ਬਾਹਰ ਹੀ ਖੜ੍ਹੇ ਸੀ ਅਤੇ ਉੱਧਰੋਂ 8-9 ਜਣੇ ਬਾਈਕ ਉੱਤੇ ਸਵਾਰ ਹੋ ਕੇ ਆਏ ਅਤੇ ਆਉਂਦਿਆਂ ਹੀ ਸਾਡੇ ਉੱਤੇ ਹਮਲਾ ਬੋਲ ਦਿੱਤਾ ਜਿਸ ਨਾਲ ਮੇਰੇ ਬ੍ਰਦਰ ਦੇ ਫਾਇਰਿੰਗ ਦੇ ਨਾਲ ਇੱਥੇ ਗੋਲੀ ਵੱਜੀ ਅਤੇ ਉਹਦੀ ਥਾਂ ਦੇ ਉੱਤੇ ਮੌਤ ਹੋ ਗਈ ਅਤੇ ਬਾਅਦ ਵਿੱਚ ਮੇਰੇ ਫਾਦਰ ਸਾਹਿਬ 'ਤੇ ਵੀ ਗੋਲੀ ਚਲਾਈ ਅਤੇ ਉਹਨਾਂ ਦੇ ਸ਼ਰਲਾ ਲੱਗਾ, ਮੇਰੇ ਤਾਇਆ ਜੀ ਦੇ ਮੋਢੇ ਉੱਤੇ ਸੱਟ ਲੱਗ ਗਈ ਅਤੇ ਅਸੀਂ ਪ੍ਰਸ਼ਾਸਨ ਕੋਲੋਂ ਇਹੋ ਮੰਗ ਕਰ ਇਨਸਾਫ ਦਾ ਹੀ ਮੰਗ ਕਰਦੇ ਹਾਂ। ਹਾਂਜੀ ਵੀਰ ਜੀ, ਮੈਂ ਜਗਜੀਤ ਸਿੰਘ ਬਸਤੀ ਸ਼ਾਮੇਵਾਲੀ ਜੋਗੇਵਾਲੇ ਦੇ ਰਹਿਣ ਵਾਲੇ। ਅਚਾਨਕ ਮੈਂ ਆਪਣੇ ਖੇਤ ਠੇਕੇ 'ਤੇ ਪੈਲੀ ਲਈ ਸੀ, ਉਹਦੇ ਵਿੱਚ ਕੰਮ ਕਰ ਰਹੇ ਸੀਗੇ, ਕੱਦ ਕਰ ਰਹੇ ਸੀਗੇ। ਅਚਾਨਕ ਲਾਗਿਓਂ ਆ ਕੇ ਆਪਣੇ ਖੇਤ ਦੇ ਵਿੱਚ ਕੰਮ ਕਰਦਿਆਂ ਉੱਪਰ ਹੱਲਾ ਬੋਲਿਆ, ਬੱਚੇ ਮੇਰੇ ਕੰਮ ਕਰ ਰਹੇ ਸੀ ਅਤੇ ਬੱਚਿਆਂ ਨੂੰ ਮੈਂ ਜਦੋਂ ਉਹਨਾਂ ਨੇ ਬੋਲਿਆ ਤਾਂ ਮੈਂ ਬੱਚਿਆਂ ਨੂੰ ਕਿਹਾ ਚਲੋ ਚੱਲੀਏ ਘਰ, ਆਪਾਂ ਲੜਾਈ ਨਹੀਂ ਕਰਨੀ। ਬੱਚੇ ਨਾਲ ਲੈ ਕੇ ਮੈਂ ਘਰ ਨੂੰ ਲੈ ਕੇ ਆ ਗਿਆ। ਜਦੋਂ ਘਰ ਨੂੰ ਆਉਂਦਿਆਂ ਨੂੰ ਘਰ ਦੇ ਨਜ਼ਦੀਕ ਇੱਕ ਚੌਂਕੀ ਸਾਡੇ ਹੈ ਸੀ, ਉਹ ਚੌਂਕੀ ਦਾ ਦਰਵਾਜ਼ਾ ਖੜਕਾਇਆ, ਦਰਵਾਜ਼ਾ ਨਹੀਂ ਖੁੱਲ੍ਹਿਆ। ਫਿਰ ਅਸੀਂ ਆਪਣੇ ਘਰ ਨੂੰ ਜਾਂਦੇ ਪਏ ਸੀ ਅਤੇ ਪਿੱਛੋਂ ਆ ਕੇ 7-8 ਆਦਮੀ ਉਹੀ ਉੱਪਰ ਫਾਇਰਿੰਗ ਕਰਤੀ, ਜਿਹਦੇ ਨਾਲ ਮੇਰਾ ਭਤੀਜਾ ਗੁਰਜੀਤ ਸਿੰਘ ਦੀ ਮੌਕੇ 'ਤੇ ਗੋਲੀ ਲੱਗਣ ਕਾਰਨ ਡਿੱਗ ਪਿਆ ਅਤੇ ਉਸਦੀ ਕੱਲ੍ਹ ਸ਼ਾਮ ਮ੍ਰਿਤਿਊ ਹੋ ਗਈ ਹੈ ਅਤੇ ਮੇਰੇ ਇਸ ਅੱਖ ਦੇ ਉੱਪਰ ਗੋਲੀ ਦੇ ਸ਼ਰੇ ਦੂਸਰੀ ਗੋਲੀ ਚੱਲੀ ਅਤੇ ਮੇਰੇ ਸ਼ਰੇ ਲੱਗ ਗਏ ਅਤੇ ਮੇਰੇ ਬ੍ਰਦਰ ਭਰਾ ਸਾਹਿਬ ਜਸਵੀਰ ਸਿੰਘ ਦੇ ਵੀ ਲੱਗ ਗਏ। ਤੱਕ ਮੰਗ ਸਾਡੀ ਇਹ ਹੈ ਸ਼ਾਸਨ ਤੋਂ ਸਹੀ ਨਿਆਂ, ਦੋਸ਼ੀਆਂ ਨੂੰ ਦੋਸ਼ ਦਿੱਤਾ ਜਾਵੇ। ਜਸਵੰਤ ਸਿੰਘ ਸਨ ਆਫ ਕਰਤਾਰ ਸਿੰਘ, ਕੁਲਦੀਪ ਸਿੰਘ ਸਨ ਆਫ ਜਸਵੰਤ ਸਿੰਘ, ਗੁਰਮੀਤ ਸਿੰਘ ਕਾਲਾ ਸਨ ਆਫ ਜਸਵੰਤ ਸਿੰਘ, ਪ੍ਰਭਜੋਤ ਸਿੰਘ, ਸਤਨਾਮ ਸਿੰਘ, ਹੀਰਾ ਸਿੰਘ, ਰਾਮ ਸਿੰਘ, ਪਵਿੱਤਰ ਸਿੰਘ, 1 ਕਿਲੋਮੀਟਰ ਦੂਰੀ। ਉਹ ਲੜਾਈ ਸਾਡੇ ਘਰ ਆ ਕੇ ਗੋਲੀ ਮਾਰੀ ਘਰ ਦੇ ਸਾਹਮਣੇ ਚੌਂਕ ਦੇ ਵਿੱਚ। ਇਸ ਘਟਨਾ ਦੀ ਜਾਣਕਾਰੀ ਜਦ SHO ਚਰਨਜੀਤ ਸਿੰਘ ਰੰਧਾਵਾ ਮੱਖੂ ਵੱਲੋਂ ਦਿੱਤੀ ਗਈ ਤਾਂ ਉਹਨਾਂ ਦੱਸਿਆ ਕਿ ਇਹਨਾਂ ਪਰਿਵਾਰਾਂ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਜਿਸ ਵਿੱਚ ਗੁਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ 5 ਦੋਸ਼ੀਆਂ ਦੇ ਖਿਲਾਫ ਅਤੇ 4 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ। ਇਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬਾਕੀਆਂ ਦੀ ਪੁਲਿਸ ਪਾਰਟੀ ਵੱਲੋਂ ਟੀਮਾਂ ਬਣਾ ਕੇ ਪੜਤਾਲ ਕੀਤੀ ਜਾ ਰਹੀ ਹੈ। ਇਹਨਾਂ ਨੂੰ ਜਲਦ ਹੀ ਹਿਰਾਸਤ ਦੇ ਵਿੱਚ ਲੈ ਲਿਆ ਜਾਵੇਗਾ। ਕਤਲ ਦਾ ਕਾਰਨ ਇਹਨਾਂ ਆਪਣੀ ਕੋਈ ਜਾਤੀ ਪੁਰਾਣੀ ਜਿਹੜੀ ਆਪਸ ਵਿੱਚ ਡਿਸਪਿਊਟ ਚੱਲ ਰਿਹਾ ਸੀ ਜ਼ਮੀਨ ਦਾ, ਉਹਦੇ ਸੰਬੰਧ ਕਰਕੇ ਇਹਨਾਂ ਦਾ ਜਿਹੜਾ ਜੋ ਵੀ ਝਗੜਾ ਹੋਇਆ ਉਹ ਦਿਨ। ਝਗੜੇ ਤੋਂ ਬਾਅਦ
पहला इन्हों ने दोषियों ने पंजा ने उन्होंने हवाई फायरिंग की वो खेत के उतों दौड़ के अपनी जान बचाने लिए अपने घर आ गए सी घर के बाहर होर परिवारक मैंबर खड़े सी तो उक्त हमलावर जो पांच आदमी बाई ने परचा दर्ज किया गया उन्होंने समेत चार होर अणपछाते उन्होंने आ के फायरिंग करके जोड़ा भी तिना आदमियों जख्मी करता सी जिन्हों एक आदमी की कल शाम रात मौत हो चुकी आ उस संबंधी मुकदमा नंबर 302 इन्हों के खिलाफ कतल का दर्ज कर लिया दोषियों को जल्दी से जल्दी गिरफ्तार कर रहे हैं वख वख टीम बना के उन्होंने रेड कराई जा रही है। आवाजी काम टीम लिए फिरोजपुर तो पत्रकार गुरप्रीत सिंह भुल्लर की रिपोर्ट।